ਮੈਂ ਹੁਣੇ ਹੁਣੇ ਇੱਕ ਵੀਡੀਓ ਦੇਖੀ ਯੂਟਿਊਬ ਦੇ ਵਿੱਚ, ਉਹ 'ਚ ਲਿਖਿਆ ਸੀ ਹਲਵਾਈ ਨੇ ਕੱਢ ਤੇ ਅੰਗਰੇਜ਼ੀ ਵਾਲੇ ਵੱਟ, ਅਤੇ ਮੈਂ ਇੱਕ ਗੱਲ 'ਚ ਸੋਚੀ ਪੈ ਗਈ ਹਾਂ ਕਿ ਇਹ ਯਾਰ ਅੰਗਰੇਜ਼ੀ ਨੂੰ ਵੱਟ ਪਏ ਕਦੋਂ ਸੀ? ਵੱਟ ਤਾਂ ਢਿੱਡ 'ਚ ਪੈਂਦੇ ਨੇ, ਵੱਟ ਤਾਂ ਕੱਪੜੇ 'ਚ ਪੈਂਦੇ ਨੇ, ਵੱਟ ਤਾਂ ਰੱਸੀ 'ਚ ਪੈਂਦੇ ਨੇ, ਐਂਡ ਵੱਟ ਤਾਂ ਵੱਟ ਹੁੰਦੀ ਹੈ ਇੱਕ, ਪੈਲੀਆਂ 'ਚ ਜਾਂਦੀ ਹੈ ਜਿਹੜੀ ਉਹ ਵੱਟ, ਅਤੇ ਇਹ ਅੰਗਰੇਜ਼ੀ ਵਾਲੇ ਵੱਟਾਂ ਵਾਲੀ ਜਿਹੜੀ ਨਵੀਂ ਜੀ ਸਟੋਰੀ ਹੈ ਨਾ, ਇਹ ਪੰਜਾਬ ਦਾ ਨਵਾਂ ਉਤਪਾਦਨ ਹੈ, ਜਿੱਦਾਂ ਫਸਲ ਦਾ ਨਵਾਂ ਉਤਪਾਦਨ, ਸਬਜ਼ੀ ਦਾ ਇੱਕ ਨਵੀਂ ਉਤਪੱਤੀ ਹੋਈ ਹੈ ਅੰਗਰੇਜ਼ੀ ਵਾਲੇ ਵੱਟ। ਗੱਲ ਇੱਦਾਂ ਹੈ ਕਿ ਆਪਾਂ ਨੂੰ ਅੰਗਰੇਜ਼ੀ ਬੋਲਣੀ ਆਉਂਦੀ ਨਹੀਂ ਹੈ, ਤਾਂ ਅਸੀਂ ਸਿਰਫ ਵੱਟ ਹੀ ਕੱਢਦੇ ਹਾਂ, ਵੱਟ ਹੀ ਕੱਢੀ ਜਾਂਦੇ ਅੰਗਰੇਜ਼ੀ 'ਤੇ, ਔਰ ਉਹ ਵੀ ਵੱਟ 7 ਵਜੇ ਦੇ ਬਾਅਦ, 7 PM ਦੇ ਬਾਅਦ 'ਚ ਤਾਂ ਜ਼ਿਆਦਾ ਹੀ ਵੱਟ ਨਿਕਲਦੇ ਨੇ। ਪੰਜਾਬੀ ਜਦੋਂ ਵੀ 7 PM ਪੀ ਲੈਂਦੇ ਨੇ, ਉਹਦੇ ਬਾਅਦ 'ਚ ਫਿਰ ਅੰਗਰੇਜ਼ੀ ਬੋਲਦੇ ਨੇ, ਅੰਗਰੇਜ਼ੀ ਬੋਲ ਕੇ ਅੰਗਰੇਜ਼ੀ ਦੇ ਉਹ ਵੱਟ ਕੱਢਦੇ ਨੇ ਨਾ, ਉਹ ਵੱਟ ਕੱਢਦੇ ਨੇ ਕਿ ਯਾਰ ਅੱਜ ਮੈਨੂੰ ਬਹੁਤ ਯਾਦ ਆ ਰਹੀ ਹੈ ਆਪਣੀ ਸੱਸ ਦੀ। ਉਹ ਇਸ ਕਰਕੇ ਯਾਦ ਆ ਰਹੀ ਹੈ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰਾ ਵੇਟ 47 ਕਿਲੋ ਸੀਗਾ, ਅਤੇ ਉਹ ਸਾਰਿਆਂ ਨੂੰ ਕਹਿੰਦੀ ਹੁੰਦੀ ਸੀ ਕਿ ਮੈਂ ਭੁੱਖੇ ਘਰ ਦੀ ਵਿਆਹ ਕੇ ਲਿਆਈ ਹਾਂ, ਨਾ ਇਹਨਾਂ ਨੂੰ ਤਾਂ ਰੋਟੀ ਪਾਣੀ ਨਹੀਂ ਜੁੜਦਾ। ਹਾਂ ਤਾਂ ਹੁਣ ਇੱਦਾਂ ਦਾ ਜੁੜਿਆ ਰੋਟੀ ਪਾਣੀ ਅਤੇ ਨਾਲ ਦਵਾਈਆਂ ਖਾ ਖਾ ਕੇ ਸਟੇਰੋਇਡ ਦੀ ਵਜ੍ਹਾ ਨਾਲ ਵੇਟ ਪੁੱਟਣ ਹੋ ਗਿਆ, ਅਤੇ ਹੁਣ ਮੈਨੂੰ ਦੁਬਾਰਾ ਭੁੱਖੇ ਘਰ ਦੀ ਬਣਨਾ ਪੈਣਾ, ਪਤਾ ਨਹੀਂ ਕਿੱਥੋਂ ਕਿੱਥੋਂ ਢਿੱਡ ਕੱਟਣਾ ਪੈਣਾ, ਪਤਾ ਨਹੀਂ ਕੀ ਮੈਨੂੰ ਛੱਡਣਾ ਪੈਣਾ। ਮੈਨੂੰ ਸਾਰਿਆਂ ਤੋਂ ਜ਼ਿਆਦਾ ਪਸੰਦ ਗੋਲ ਗੱਪੇ ਮੈਨੂੰ ਛੱਡਣੇ ਪੈਣੇ ਨੇ, ਸਾਰਾ ਕੁਛ ਛੱਡਣ ਦੇ ਬਾਅਦ 'ਚ ਵੀ ਮੈਨੂੰ ਲੱਗਦਾ ਨਹੀਂ 31 December 2020 ਦੇ ਵਿੱਚ ਮੇਰਾ ਵੇਟ ਲੋਸ ਹੋਣਾ। ਅਤੇ ਇਹ ਤੋਂ ਚੰਗਾ ਤਾਂ ਮੈਂ ਭੁੱਖੇ ਘਰ ਦੀ ਠੀਕ ਸੀ ਨਾ, ਮੇਰੇ ਮਾਂ ਪਿਓ ਦੇ ਘਰ ਜਿੱਥੇ ਮੈਂ ਵਾਲੀਬਾਲ ਖੇਡਦੀ ਸੀ, ਕਬੱਡੀ ਖੇਡਦੀ ਸੀ, ਐਂਡ ਉਹਦੇ ਬਾਅਦ 'ਚ ਐਥਲੀਟਿੰਗ ਕਰਦੀ, ਮੈਂ ਐਥਲੀਟ ਸੀਗੀ, ਤਾਂ ਰੱਜਿਆਂ ਦੇ ਘਰ ਜਾ ਕੇ ਮੈਂ ਵੇਟ ਪੁੱਟਾਂ ਨੂੰ ਕਰ ਲਿਆ, ਗੱਲਾਂ ਸੁਣ ਸੁਣ ਕੇ ਢਿੱਡ ਭਰ ਗਿਆ, ਫੁੱਟ ਗਈ ਮੈਂ ਇੱਕਦਮ। ਯਾਰ ਅੱਜ ਬੜੀ ਠੰਡ ਲੱਗਦੀ ਪਈ ਹੈ ਮੈਨੂੰ, ਇੰਨੀ ਠੰਡ ਲੱਗਦੀ ਪਈ ਨਾ, ਉਹ ਵੀ ਹੈਦਰਾਬਾਦ ਵਿੱਚ। ਮੈਨੂੰ ਅੱਜ ਇੱਦਾਂ ਫੀਲ ਹੁੰਦਾ ਕਿ ਕੈਨੇਡਾ ਦੇ ਵਿੱਚ ਅਤੇ ਇੰਗਲੈਂਡ ਦੇ ਵਿੱਚ ਤੂੰ ਵੀ ਸਭ ਤੋਂ ਜ਼ਿਆਦਾ ਠੰਡ ਮੈਨੂੰ ਲੱਗ ਰਹੀ ਹੈ। ਮੈਨੂੰ ਇਵੇਂ ਲੱਗਦਾ ਹੈ ਕਿ ਪੂਰੀ ਦੁਨੀਆ ਦੇ ਠੰਡੇ ਦੇਸ਼ਾਂ ਦੀ ਠੰਡ ਨੂੰ ਇਕੱਠਾ ਕਰਕੇ ਅਤੇ ਰੱਬ ਨੇ ਮੇਰੇ ਕੋਲ ਭੇਜਤਾ, ਅਤੇ ਕਹਿੰਦਾ ਲੈ ਤੂੰ ਕਿੱਥੇ ਗਰਮ ਜਗ੍ਹਾ 'ਤੇ ਬੈਠੀ ਹੈ, ਸਾਰੀ ਦੁਨੀਆ ਠੰਡ 'ਚ ਠਰਦੀ ਪਈ ਹੈ ਅਤੇ ਤੂੰ ਘਰ ਹੀ ਬੈਠੀ ਹੈ, ਤਾਂ ਤੁਸੀਂ ਮੇਰੀ ਠੰਡ ਦਾ ਹਾਲ ਦੇਖ ਲਓ। ਹੈਦਰਾਬਾਦ ਦੇ ਵਿੱਚ ਮੈਨੂੰ ਇੰਨੀ ਠੰਡ ਲੱਗ ਰਹੀ ਹੈ, ਮੈਂ ਸਵੈਟਰਾਂ ਪਾ ਕੇ ਅਤੇ ਮੈਂ ਬਲੈਂਕਟ ਦੇ ਵਿੱਚ ਬੈਠੀ ਹਾਂ, ਅਤੇ ਦੇਖ ਲਓ ਤੁਸੀਂ ਮੇਰੀ ਬੋਡੀ ਦੀ ਠੰਡ, ਸਾਰੀ ਠੰਡ ਇਕੱਠੀ ਹੋ ਕੇ ਮੇਰੇ 'ਚ ਵੜ ਗਈ ਹੈ, ਮੇਰੇ ਘਰ 'ਚ ਭੇਜਦੀ ਹੈ ਬਾਬੇ ਨੇ, ਕਹਿੰਦਾ ਲੈ ਤੂੰ ਵੀ ਠਰ, ਬਾਕੀ ਤੇਰਾ ਟੱਬਰ ਠਰਦਾ ਅਤੇ ਤੂੰ ਕਿੱਦਾਂ ਨਹੀਂ ਠਰਦੀ, ਤਾਂ ਹੁਣ ਮੈਨੂੰ ਠਰਨਾ ਪੈ ਰਿਹਾ। ਸਭ ਤੋਂ ਜ਼ਿਆਦਾ ਨਫ਼ਰਤ ਮੈਨੂੰ ਠੰਡ ਤੋਂ ਹੈ, ਠੰਡ ਤੋਂ। ਕੱਪੜੇ ਪਾ ਕੇ ਰਜਾਈਆਂ 'ਚ ਬੈਠੇ ਰਹੋ, ਨਹੀਂ ਤਾਂ ਜੈਕਟਾਂ ਪਾ ਕੇ ਨਿਕਲੋ, ਪੈਂਟਾਂ ਦੇ ਥੱਲੇ ਪੈਂਟਾਂ, ਜੁਰਾਬਾਂ ਦੇ ਉੱਤੇ ਜੁਰਾਬਾਂ ਅਤੇ ਜੈਕਟਾਂ ਦੇ ਉੱਤੇ ਜੈਕਟਾਂ, ਅਤੇ ਕੱਪੜਿਆਂ ਦੇ ਉੱਤੇ ਕੱਪੜੇ, ਮਤਲਬ ਕਿ ਸਿਰਫ ਠੰਡ। ਹੁਣੇ ਹੁਣੇ ਮੈਨੂੰ ਕਿਸੇ ਦਾ ਫੋਨ ਆਇਆ, ਕਿਸੇ ਨੇ ਮੇਰਾ ਹਾਲ ਚਾਲ ਪੁੱਛਿਆ ਫੋਨ 'ਤੇ, ਅਤੇ ਮੈਂ ਕਿਹਾ ਕਿ ਹੁਣ ਤਾਂ ਛੱਡ ਦਿਓ ਪੁੱਛਣਾ, ਹੁਣ ਤਾਂ ਯਾਰ ਹੀ ਸਾਰੇ ਡਾਕਟਰਾਂ ਨਾਲ ਪੈ ਗਈ ਹੈ, ਹੁਣ ਤਾਂ ਮਤਲਬ ਕਿ ਇੱਕ ਹਫ਼ਤਾ ਤਾਂ ਲੱਗਿਆ ਕਰੇਗਾ ਅਪੁਆਇੰਟਮੈਂਟ ਲੈਣ 'ਤੇ, ਫਿਰ ਇੱਕ ਹਫ਼ਤਾ ਟੈਸਟ ਕਰਾ ਕੇ ਉਹਨਾਂ ਨੂੰ ਚੈੱਕ ਕਰਾਉਣ, ਹੁਣ ਤਾਂ ਇੱਦਾਂ ਦਾ ਹਾਲ ਹੈ। ਅਤੇ ਮੈਨੂੰ ਕਹਿੰਦੇ ਕਿ ਤੂੰ ਟੀ ਵੀ ਨਹੀਂ ਦੇਖਦੀ? ਮੈਂ ਕਿਹਾ ਨਾ, ਮੈਂ ਤਾਂ ਕਦੇ ਨਹੀਂ ਦੇਖਿਆ ਟੀ ਵੀ, ਮੈਨੂੰ ਪਸੰਦ ਨਹੀਂ ਦੇਖਣਾ। ਕਹਿੰਦਾ ਅੱਛਾ, ਫਿਰ ਤਾਂ ਤੂੰ ਐਡਵਰਟਾਈਜ਼ਮੈਂਟ ਵੀ ਨਹੀਂ ਦੇਖਦੀ ਹੋਣੀ? ਮੈਂ ਕਿਹਾ ਹਾਂ, ਮੈਂ ਤਾਂ ਉਹ ਵੀ ਨਹੀਂ ਦੇਖਦੀ। ਅਤੇ ਪਤਾ ਕੀ ਕਹਿੰਦੇ ਮੈਨੂੰ? ਕਹਿੰਦੇ ਕਿ ਅੱਜ ਕੱਲ੍ਹ ਸਰਫ ਐਕਸਲ ਮੈਟਿਕ ਚੱਲਿਆ, ਬਹੁਤ ਹੀ ਵਧੀਆ ਸਫਾਈ ਕਰਦਾ, ਤੂੰ ਇੱਦਾਂ ਕਰ, ਇੱਕ ਥਮਸਅਪ ਦੀ 2 ਲੀਟਰ ਦੀ ਬੋਤਲ ਦੇ ਵਿੱਚ ਸਰਫ ਐਕਸਲ ਦੇ ਚਮਚ ਪਾ ਕੇ ਔਰ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਉਹਦੇ ਝੱਗ ਬਣਾ ਕੇ ਅਤੇ ਸਾਰੀ ਪੀ ਜਾ, ਸਾਰੀ ਪੀਣ ਤੋਂ ਬਾਅਦ ਇੰਨਾ ਛਾਲਾ ਮਾਰ, ਛਾਲਾ ਮਾਰੇਂਗੀ ਤਾਂ ਪੂਰੇ ਬਬਲਸ ਬਣਨਗੇ, ਫਿਰ ਇੱਕ ਕੰਮ ਕਰੀ ਆਪਣੇ ਆਪ ਨੂੰ ਪੁੱਠਾ ਕਰਕੇ ਲਟਕਾ ਲਈ, ਅਤੇ ਜਿਹੜੀਆਂ ਵੀ ਬਿਮਾਰੀਆਂ ਨੇ ਤੇਰੇ ਅੰਦਰ ਸਾਰੀਆਂ ਆਪਣੇ ਆਪ ਝੱਗ ਬਣ ਕੇ ਬਾਹਰ ਨਿਕਲ ਜਾਣਗੀਆਂ, ਅਤੇ ਨਾ ਡਾਕਟਰਾਂ ਕੋਲ ਜਾਣ ਦੀ ਲੋੜ ਪਏਗੀ, ਅਤੇ ਨਾ ਹੀ ਨਾ। ਅਬ ਆਪ ਲੋਕ ਇਹ ਸੋਚੋਗੇ ਕਿ ਮੁਝੇ ਕਿਆ ਹੁਆ ਅਚਾਨਕ, ਮੈਨੇ ਜੋਕਸ ਸੁਣਾਨੇ ਸ਼ੁਰੂ ਕਰ ਦੀਏ। ਭਈਆ ਬਾਤ ਐਸੀ ਹੈ ਕਿ ਹਮਾਰਾ ਇੱਕ ਫਰੈਂਡ ਹੈ, ਐਂਡ ਉਸਕਾ ਭਾਈ, ਉਸਕਾ ਹੈਡ ਇੰਜਰੀ ਹੋਈ ਐਂਡ ICU ਮੈਂ ਹੈ 1 ਮਹੀਨੇ ਸੇ, ਉਸਕੀ ਲਾਈਫ ਕੀ ਵੀ ਕੋਈ ਉਮੀਦ ਨਹੀਂ ਥੀ, ਬਹੁਤ ਟਾਈਪ ਕੇ ਸਰਜਰੀਸ ਹੋਤੇ ਹੈ ਉਸਕੇ, ਤੋ ਬੰਦਾ ਨਾ ਮੂੰਹ ਖੋਲ ਸਕਤਾ ਹੈ, ਨਾ ਪਲਕ ਝਪਕ ਸਕਤਾ ਹੈ, ਮਤਲਬ ਉਸਕੇ ਸਭ ਸੈਂਸਸ ਚਲੇ ਗਏ, ਹੀ ਇਜ਼ ਟੋਟਲੀ ਔਨ ਟਿਊਬਸ। ਤੋ ਉਨਕੇ ਭਾਈ ਨੇ ਮੁਝੇ ਫੋਨ ਕੀਆ ਕਿ ਆਪ ਆਪਣਾ ਉਹ ਵਾਲਾ ਜੋਕ ਸੁਣਾਓ, ਕਿਆ ਪਤਾ ਮੇਰਾ ਭਾਈ ਹੱਸੇ, ਔਰ ਮੈਂ ਇਤਨੇ ਸੜੇ ਹੋਏ ਜੋਕ ਮਾਰਤੀ ਹੂੰ, ਮੁਝੇ ਹਸਾਨਾ ਆਤਾ ਹੀ ਨਹੀਂ, ਨਾ ਹਸਣਾ ਆਤਾ। ਤੋ ਇੱਕ ਸੜਾ ਹੋਇਆ ਜੋਕ ਮੈਨੇ ਰਿਕਾਰਡ ਕਰਕੇ ਇਨਕੋ ਭੇਜਾ, ਔਰ ਉਹ ਜੋਕ ਜਬ ਉਸਕੇ ਕਾਨ ਮੇਂ ਲਗਾ ਕੇ ਸੁਣਾਇਆ, ਤੋ ਬੰਦੇ ਨੇ ਸਮਾਈਲ ਕੀਆ, ਬਹੁਤ 1 ਮਹੀਨੇ ਕੇ ਬਾਅਦ ਸਮਾਈਲ ਕੀਆ, ਉਸਕੋ ਸਮਝ ਮੇਂ ਆਇਆ ਮੇਰਾ ਜੋਕ, ਤੋ ਮੈਨੇ ਇਹ ਡਿਸਾਈਡ ਕੀਆ ਕਿ ਮੈਂ ਜੋਕ ਕਰੂੰਗੀ, ਦੁਨੀਆ ਹੱਸੇ ਨਾ ਹੱਸੇ, ਮੈਂ ਜ਼ਰੂਰ ਹੱਸੂੰਗੀ, ਔਰ ਕੁਛ ਲੋਕ ਐਸੇ ਹੈ ਜੋ ਮੇਰੇ ਸਾਥ ਜੁੜੇਂਗੇ।
आज मैं आप लोगों से एक बात बताती हूँ कि सेंस ऑफ ह्यूमर सब में होता है, तो वो शायद मुझ में भी कहीं है जो मैं अभी डेवलप करूँगी। एक बार की बात है कि मेरी मदर बहुत सीरियस हो गई, इतनी सीरियस कि उन्हें आईसीयू में एडमिट करना पड़ा और उनका जो लाइफ लाइन का वो जो डिटेक्ट करते हैं वो पैरेलल 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 हो गया। एंड जब मैं वहाँ पे पहुँची तो वो कोमा में थी, उनकी बहुत स्ट्रगल कर रहे थे डॉक्टर। तो मैंने पूछा क्या हाल है, तो उन्होंने इशारा किया मशीन की तरफ, तो मैं गई। मैंने नहीं पूछा क्या हुआ क्या नहीं हुआ, मैं गई एंड मैंने अपनी माँ के कान में कहा, मम्मी आपको इतनी हजारों रुपए पेंशन मिलती है, अगर आप मर गए तो ये पेंशन गवर्नमेंट को चली जाएगी, अरे जिंदा रहो कम से कम आपके पोतरे पोतरियों को ये पैसे तो मिलेंगे। अरे भैया वो बस बात बोलने की ज़रूरत थी कि मशीनें टिक 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 शुरू हो गई और मेरी माँ बच गई। तो कभी ना कभी थोड़ा सा हंसाने की कला, खुशी की कला तो हर में होनी चाहिए, पता नहीं कब कहाँ काम आ जाए, है ना।